ਸ਼ਹੀਦ ਕਿਸਾਨ ਸ਼ੁਭਕਰਨ ਦੀ ਭੈਣ ਨੇ ਜੁਆਇਨ ਕੀਤੀ ਨੌਕਰੀ। ਗੁਰਪ੍ਰੀਤ ਕੌਰ ਦਾ ਨੌਕਰੀ ਦੇ ਲਈ ਪਹਿਲਾ ਦਿਨ। ਸ਼ਹੀਦ ਕਿਸਾਨ ਸ਼ੁਭਕਰਨ ਸਿੰਘ, ਜਿਸਦੀ ਕਿਸਾਨ ਅੰਦੋਲਨ ਦੇ ਵੇਲੇ ਖਨੌਰੀ ਬਾਰਡਰ ਦੇ ਉੱਤੇ ਮੌਤ ਹੋ ਗਈ ਸੀ, ਤਾਂ ਉਹਨਾਂ ਦੇ ਪਰਿਵਾਰ ਨੂੰ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ, ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਦੇ ਵੱਲੋਂ 1 ਕਰੋੜ ਦੀ ਰਾਸ਼ੀ ਦਿੱਤੀ ਗਈ ਸੀ, ਅਤੇ ਸ਼ੁਭਕਰਨ ਸਿੰਘ ਦੀ ਭੈਣ ਗੁਰਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦੇ ਲਈ ਜੁਆਇਨਿੰਗ ਲੈਟਰ ਦਿੱਤਾ ਗਿਆ ਸੀ। ਅਤੇ ਅੱਜ ਸ਼ਹੀਦ ਕਿਸਾਨ ਸ਼ੁਭਕਰਨ ਦੀ ਭੈਣ ਨੇ ਨੌਕਰੀ ਜੁਆਇਨ ਕੀਤੀ ਹੈ। ਗੁਰਪ੍ਰੀਤ ਕੌਰ ਦਾ ਅੱਜ ਪੁਲਿਸ ਦੀ ਨੌਕਰੀ ਦੇ ਲਈ ਪਹਿਲਾ ਦਿਨ ਹੈ। ਉਹ ਬਠਿੰਡਾ ਦੇ ਰਹਿਣ ਵਾਲੇ ਸਨ ਅਤੇ ਬਠਿੰਡਾ ਦੇ ਪੁਲਿਸ ਥਾਣੇ ਦੇ ਵਿੱਚ ਹੀ ਉਹਨਾਂ ਨੂੰ ਜੁਆਇਨਿੰਗ ਦਿੱਤੀ ਗਈ ਹੈ। ਤਾਂ ਇਸ ਮੌਕੇ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਕੀ ਕਹਿੰਦੇ ਨੇ ਨੌਕਰੀ ਮਿਲਣ ਤੋਂ ਬਾਅਦ, ਅਤੇ ਆਪਣੇ ਪੁੱਤ ਨੂੰ ਯਾਦ ਕਰਦੇ ਹੋਏ ਕੀ ਦੱਸਦੇ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ। ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਜੁਆਇਨ ਕਰਨ ਆਏ ਹੋ ਗਿਆ, ਕੀ ਕੁਝ ਸਰਕਾਰ ਨੇ ਮੰਗਾਂ ਮੰਨ ਲਈਆਂ? ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ, ਜਿਹੜੇ ਕਈਆਂ ਮੰਗਾਂ ਆਪਦੀਆਂ ਮੰਗੀਆਂ, ਪਰ ਫਿਰ ਵੀ ਅਸੀਂ ਪੰਜਾਬ ਸਰਕਾਰ ਤੋਂ ਕਾਨੂੰਨੀ ਕਾਰਵਾਈ ਤੇ ਇਨਸਾਫ ਮੰਗਦੇ ਹਾਂ। ਕੀ ਕਹਿੰਦਾ ਚਾਹੋਗੇ ਸ਼ੁਭਕਰਨ ਨਾਲ ਤੁਹਾਡੀ ਗੱਲਬਾਤ ਹੋਣ ਦੀ, ਕਿਹੜੇ ਕਿਹੜੇ ਸੁਪਨੇ ਸੀ ਜੋ ਉਸਨੇ ਪੂਰੇ ਕਰਨੇ ਸੀ? ਬੇਸ਼ੱਕ ਅੱਜ ਹੈ ਨਹੀਂ ਉੱਥੇ। ਬਹੁਤ ਸੁਪਨੇ ਸੀ ਜਿਹੜੇ ਉਹਨੇ ਪੂਰੇ ਕਰਨੇ ਸੀ, ਪਰ ਨੌਕਰੀ ਨਾਲ ਵੀ ਨਹੀਂ ਉਹਦਾ ਘਾਟਾ ਪੂਰਾ ਹੋਣਾ। ਤੁਸੀਂ ਅੱਜ ਇੱਥੇ ਆਏ ਹੋਗੇ, ਕਿਸ ਤਰ੍ਹਾਂ ਉਹਦੀ ਕਮੀ ਵੀ ਮਹਿਸੂਸ ਹੋ ਰਹੀ ਹੈ? ਅੱਜ ਉਹਦੀ ਬਹੁਤ ਘੱਟ ਮਹਿਸੂਸ ਹੋ ਰਹੀ ਹੈ ਸਾਨੂੰ। ਅੱਜ ਜੁਆਇਨਿੰਗ ਸੀ? ਹਾਂਜੀ। ਕੀ ਨਾਮ ਸੀ? ਬਲਜੀਤ ਸਿੰਘ। ਹਾਂਜੀ, ਕੀ ਕਹਿਣਾ ਚਾਹੁੰਗੇ ਜੁਆਇਨ ਕਰਨ ਆਏ ਲੋਕ? ਅਸੀਂ ਅੱਜ ਸਾਡੀ ਗੁਰਪ੍ਰੀਤ ਕੌਰ ਨੂੰ ਜਿਹੜੀ ਜਾਣ ਕਰਾਉਣ ਆਏ ਹੋਏ ਹਾਂ। ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਵੀ, ਜਿਹੜੀਆਂ ਮੰਗਾਂ ਕਰੀਆਂ ਸੀ ਉਹ ਵਾਅਦਾਂ 'ਤੇ ਪੂਰੀ ਉਤਰੀ ਹੈ। ਅੱਗੇ ਵੀ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ, ਸਾਨੂੰ ਇਨਸਾਫ ਦਿੱਤਾ ਜਾਵੇ। ਕੀ ਕਹਿਣਾ ਕਿ ਚਾਹੁੰਦੇ, ਕੀ ਗੱਲ ਹੋਈ ਸੀਗੀ, ਨੌਕਰੀ ਮਿਲੀ ਹੈ? ਨੌਕਰੀ ਤਾਂ ਸਾਡਾ ਸ਼ੁਭਕਰਨ ਸਿੰਘ ਖਨੌਰੀ ਬਾਰਡਰ 'ਤੇ ਸ਼ਹੀਦ ਹੋਇਆ ਸੀ ਗੋਲੀ ਲੱਗਣ ਕਾਰਨ, ਗੁਰਪ੍ਰੀਤ ਕੌਰ ਦਾ ਭਾਈ। ਇਹ ਕਾਰਨ ਸਾਨੂੰ ਨੌਕਰੀ ਦਿੱਤੀ ਹੈ ਤੇ ਰਾਸ਼ੀ ਵੀ। ਲੱਗਦਾ ਘਾਟਾ ਪੂਰਾ ਹੋਵੇਗਾ? ਚੜ੍ਹਦੀ ਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਜਗਸੀਰ ਭੁੱਲਰ ਦੀ ਰਿਪੋਰਟ।